ਇਹਦੇ ਪਿੱਛੇ ਬੀਜ ਲੱਗੇ ਹੋਏ ਨੇ ਫਲਾਂ ਦੇ ਵੀ ਹੈਗੇ ਨੇ ਫਰੂਟਸ ਵੀ ਹੈਗੇ ਨੇ ਸਬਜ਼ੀਆਂ ਵੀ ਹੈਗੀਆਂ ਨੇ ਜੇ ਬੱਚੇ ਨੂੰ ਯੂਜ਼ ਕਰਨਗੇ ਇਹਨੂੰ ਗਮਲੇ ਵਿੱਚ ਮਤਲਬ ਦੱਬ ਦੇਣ ਜਾਂ ਮਿੱਟੀ 'ਚ ਦੱਬ ਦੇਣ ਅਤੇ ਪੌਦਾ ਉੱਗ ਰਹੇਗਾ 15 ਦਿਨ ਤੋਂ ਪਹਿਲਾਂ ਆਪਣਾ ਪੌਦਾ ਵਧੀਆ ਗਰੋਥ ਕਰ ਜਾਏਗਾ ਮਤਲਬ ਪੈਨਸਲ ਵੀ ਹੈ ਅਤੇ ਬੀ ਵੀ ਹੈ ਬੀ ਵੀ ਆ ਉਹ ਸਭ ਤੋਂ ਖਾਸ ਗੱਲ ਇੱਕ ਹੋਰ ਦੱਸਦਾ ਜਿਹੜੇ 'ਚ ਰੀਫਲ ਹੈਗੇ ਨੇ अमृतसर के खालसा कॉलेज विखे पांच रोज़ा साहित्य उत्सव की शुरुआत हो चुकी है अज दूसरा दिन है इत्थे साहित्य उत्सव के किताबों तो इलावा साहित्य तो इलावा भी कई स्टॉल लगे ने जिहड़े कि पंजाब के साहित्य कल्चर नू जिहड़ा ने दर्शाउंदे ने उन्हां विच कई अजिहे जिहड़ियां चीज़ां ने जिहड़ियां कि असीं पुराने समय च गुरु नानक साहब के समय च सुनिया लेकिन वह हुण असीं भुल गए जिहदे करके असीं जिहड़ा बीमारियां दे नाल रोगां दे नाल घिर गए हाँ कुछ नौजवान इत्थे साडे नाल मौजूद ने जिहड़े कि काम कर रहे ने ते संसार नूं इक सुनेहा भी दे रहे ने आओ गलबात करके जानदे हां हां जी भाई साहब की नाम जी ਆ ਵੀਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਡਿਸਟ੍ਰਿਕਟ ਫਰੀਦਕੋਟ ਤੋਂ ਬਿਲੋਂਗ ਕਰਦੇ ਹਾਂ ਅਸੀਂ ਪਿੰਡਾਂ ਦੇ ਮੁੰਡੇ ਹਾਂ ਮੇਰਾ ਪਿੰਡ ਜਲਾਲਿਆਣਾ ਹੈ ਅੱਛਾ ਜੀ ਅੱਜ ਇੱਥੇ ਕੀ ਤੁਸੀਂ ਲੈ ਕੇ ਆਏ ਹੋ ਕਿਹੜੇ ਕਿਹੜੇ ਸਟਾਲ ਲਾਏ ਨੇ ਕਿਹੜੀ ਕਿਹੜੀਆਂ ਉਹਦੇ ਵਿੱਚ ਜਿਹੜੀਆਂ ਨੇ ਚੀਜ਼ਾਂ ਯੂਜ਼ ਕੀਤੀਆਂ ਇਹਨਾਂ ਦੇ ਕੀ ਫਾਇਦੇ ਨੇ ਸਾਰਾ ਤਫਸੀਲ ਨਾਲ ਦੱਸੋ ਹਾਂ ਬੇਸਿਕਲੀ ਡਿਟੇਲ 'ਚ ਗੱਲ ਕਰੀਏ ਵੀਰ ਜੀ ਅਸੀਂ ਨਾ ਜਿਹੜਾ ਅਸੀਂ ਕਰ ਰਹੇ ਹਾਂ ਤਕਰੀਬਨ ਹੈਂਡਮੇਡ ਸਮਾਨ ਆ ਸਾਰਾ ਜਿਵੇਂ ਅਸੀਂ ਲੱਕੜ ਦੇ ਬਰਸ਼ ਲੈ ਕੇ ਆਏ ਹਾਂ ਬਾਂਸ ਦੇ ਇਹ ਬਾਂਸ ਦੇ ਬਣੇ ਲੱਕੜ ਦੇ ਬਣੇ ਹੋਏ ਨੇ ਇਹਦਾ ਮੇਨ ਮਕਸਦ ਇਹ ਹੈਗਾ ਕਿ ਇਕੋ ਫ੍ਰੈਂਡਲੀ ਆ ਇਹ ਗਲ ਜਾਏਗਾ ਸੜ ਜਾਏਗਾ ਮੱਚ ਜਾਏਗਾ ਇਨਵਾਇਰਮੈਂਟ ਖਰਾਬ ਨਹੀਂ ਕਰਦਾ ਕਿ ਪਲਾਸਟਿਕ 400 ਸਾਲ ਨਹੀਂ ਗਲਦੀ ਸਰਕਾਰਾਂ ਵੀ ਨੂੰ ਪ੍ਰਮੋਟ ਕਰਦੀਆਂ ਪਈਆਂ ਨੇ ਅਸੀਂ ਵੀ ਇੱਕ ਮੈਸੇਜ ਲੈ ਕੇ ਗਏ ਹਾਂ ਪਰ ਇਹਦੇ ਵਾਸਤੇ ਵਾਂਸ ਗਾਣਾ ਪਏਗਾ ਕਿਉਂਕਿ ਲੱਕੜ ਤੇ ਇੰਨੀ ਹੈ ਨਹੀਂ ਹਾਂ ਇਹ ਤਾਂ ਫਰਨੇਚਰ ਦੀ ਗੱਲ ਹੈ ਜੇ ਜਿਵੇਂ ਡਿਮਾਂਡ ਵਧੇਗੀ ਤਾਂ ਨੈਚਰ ਖੇਤੀ ਦੀ ਕਰਨੀ ਪਏਗੀ ਹੈ ਨਾ ਪਰ ਅੱਛਾ ਆਈਡੀਆ ਹੈਗਾ ਔਰ ਲੋਕ ਇਹਨਾਂ ਪਸੰਦ ਕਰ ਰਹੇ ਇਹਨੂੰ ਕਿ ਲੋਕ ਗਿਫਟ ਦੇ ਰਹੇ ਰਿਸ਼ਤੇਦਾਰਾਂ ਦੇ ਵਿੱਚ ਇਹਨੂੰ ਕਿੰਨੇ ਦਾ ਵੈਸੇ ਕਿੰਨੇ ਦਾ ਪ੍ਰਾਈਸ ਇਹ ਅਗਰ ਤੁਸੀਂ ਆਨਲਾਈਨ ਮੰਗਾਓਗੇ ਕੋਪਰੇਟ ਘਰਾਣੇ ਤੋਂ ਮੰਗਾਓਗੇ 100 ਰੁਪਏ ਦਾ ਜੀ ਅਸੀਂ 50 ਰੁਪਏ ਚ ਦੇ ਰਹੇ ਹਾਂ ਠੀਕ ਹੈ ਆਨਲਾਈਨ ਬਹੁਤ ਕੋਸਟਲੀ ਮਿਲਦਾ ਹੈ ਐਵਰੇਜ ਕਿੰਨੀ ਦੇਰ ਚੱਲ ਜਾਂਦਾ ਜਿੰਨਾ ਆਮ ਬ੍ਰਸ਼ ਚੱਲਦਾ 4 ਤੋਂ 6 ਮਹੀਨੇ ਬੜੇ ਆਰਾਮ ਨਾਲ ਚੱਲੇਗਾ ਫਿਰ ਪੈਨਸਲਾਂ ਵੀ ਲੈ ਤੁਸੀਂ ਫਿਰ ਸਾਡੇ ਕੋਲ ਇੱਕ ਪੈਨਸਲਸ ਹੈਗੀਆਂ ਨੇ ਇਹ ਖਾਸ ਗੱਲ ਇਹਨਾਂ ਦੀ ਇਹ ਹੈਗੀ ਹੈ ਕਾਗਜ਼ ਦੀਆਂ ਬਣੀਆਂ ਨਿਊਜ਼ ਪੇਪਰ ਦੀਆਂ ਬਣੀਆਂ ਹੋਈਆਂ ਨੇ ਔਰ ਇਹ ਆਈਡੀਆ ਦੇ ਕਾਰਨ ਇਹ ਬੀਜ ਇਹਨੂੰ ਬੋਲਦੇ ਸੀਡ ਵਾਲੀ ਪੈਨਸਲ ਬੀਜ ਵਾਲੀ ਇੱਕ ਅੱਛਾ ਸੁਨੇਹਾ ਹੈ ਬੱਚਿਆਂ ਨੂੰ ਵੀ ਆਪਾਂ ਹਮੇਸ਼ਾ ਗੱਲ ਕਰਦੇ ਨੇ ਵੀ ਜੰਗਲ ਲਾਓ ਪੰਜਾਬ ਦੇ ਵਿੱਚ ਰੁੱਖ ਉਗਾਓ ਹਨਾ ਇੱਕ ਐਸੇ ਆਈਡੀਆ ਲੈ ਕੇ ਆਏ ਕਿ ਬੱਚਿਆਂ ਨੂੰ ਸ਼ੁਰੂ ਦੇ ਵਿੱਚ ਰੁਚੀ ਪੈ ਜਾਏ ਰੁੱਖ ਪੈਦਾ ਕਰਨ ਦੀ ਇਹਦੇ ਪਿੱਛੇ ਬੀਜ ਲੱਗੇ ਹੋਏ ਨੇ ਫਲਾਂ ਦੇ ਵੀ ਹੈਗੇ ਨੇ ਫਰੂਟਸ ਵੀ ਹੈਗੇ ਨੇ ਸਬਜ਼ੀਆਂ ਵੀ ਹੈਗੀਆਂ ਨੇ ਜੇ ਬੱਚੇ ਨੂੰ ਯੂਜ਼ ਕਰਨਗੇ ਇਹਨੂੰ ਗਮਲੇ ਵਿੱਚ ਮਤਲਬ ਦੱਬ ਦੇਣ ਜਾਂ ਮਿੱਟੀ 'ਚ ਦੱਬ ਦੇਣ ਅਤੇ ਪੌਦਾ ਉੱਗ ਰਹੇਗਾ 15 ਦਿਨ ਤੋਂ ਪਹਿਲਾਂ ਆਪਣਾ ਪੌਦਾ ਵਧੀਆ ਗਰੋਥ ਕਰ ਜਾਏਗਾ ਮਤਲਬ ਪੈਨਸਲ ਵੀ ਹੈ ਅਤੇ ਬੀ ਵੀ ਹੈ ਬੀ ਵੀ ਆ ਉਹ ਸਭ ਤੋਂ ਖਾਸ ਗੱਲ ਇੱਕ ਹੋਰ ਦੱਸਦਾ ਜਿਹੜੇ ਵਿੱਚ ਰੀਫਲ ਹੈਗੇ ਨੇ ਜਿਹੜੀਆਂ ਆਪਾਂ ਦੇਖਦੇ ਮਾਰਕੀਟ 'ਚ ਵੱਡੀਆਂ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਪ੍ਰਮੋਟ ਕਰਦੇ ਸਾਰੇ ਰੀਫਲ ਦੇ ਰਹੇ ਹਾਂ ਇਹਦਾ ਰੀਫਲ ਉਹਨਾਂ ਦਾ ਬਹੁਤ ਬਿਹਤਰ ਆ ਆਪ ਯੂਜ਼ ਕਰਕੇ ਦੇਖ ਸਕਦੇ ਹੋ ਉਹ ਜਿਹੜੇ ਲੋਕ ਸਾਨੂੰ ਸਕੂਲਾਂ ਨੇ ਅਪਰੋਚ ਕੀਤੀ ਆ ਉਹ ਮੰਨਦੇ ਨੇ ਕਿ ਬਹੁਤ ਸ਼ਾਨਦਾਰ ਰੀਫਲ ਨੇ ਔਰ ਅੱਛਾ ਆਈਡੀਆ ਹੈ ਬੱਚਿਆਂ ਨੂੰ ਸ਼ੁਰੂ ਤੋਂ ਬਿਰਤੀ ਬਣਦੀ ਇਸ ਪੌਦੇ ਉਗਾਈਏ ਇਹ ਹੋਰ ਕਿਹੜੇ ਕਿਹੜੀਆਂ ਕੋਦਰੇ ਦੀ ਤੇ ਹੋਰ ਹੋਰ ਵੀ ਬੜਾ ਕੁਝ ਬਿਸਕਟ ਵਗੈਰਾ ਤੁਸੀਂ ਵੱਖਰੇ ਵੱਖਰੇ ਮਿਲਟ ਦੇ ਜਿਹੜੀਆਂ ਆਈਟਮਾਂ ਰੱਖੀਆਂ ਉਹ ਕੀ ਨੇ ਹਾਂ ਬੇਸਿਕਲੀ ਬਿਸਕਟ ਮਿਲਟਸ ਲੈ ਕੇ ਆਏ ਆ ਪੰਜਾਬ ਦੇ ਵਿੱਚ ਮਿਲਟਸ ਬੜਾ ਪ੍ਰਮੋਟ ਹੋ ਰਿਹਾ ਹੁਣ ਔਰ ਸਰਕਾਰਾਂ ਕਹਿ ਰਹੀਆਂ ਕਿ 2023 ਹੈ ਮਿਲਟਸ ਦੇ ਅਕੋਰਡਿੰਗ ਮਨਾ ਰਹੇ ਨੇ ਉਹ ਕਿਉਂਕਿ ਮਿਲਟਸ ਜਿਹੜਾ ਹੈਗਾ ਨਾ ਇਹ ਮਤਲਬ ਹੈ ਤਾਂ ਮੂਲ ਅਨਾਜ ਬੋਲਦੇ ਨੇ ਬਾਬੇ ਨਾਨਕੇ ਵੇਲੇ ਦੀ ਖੇਤੀ ਹੁੰਦੀ ਸੀ ਜੋ ਸਾਨੂੰ ਜਿਹੜੇ ਬੁੱਧੀਜੀਵੀ ਦੱਸਦੇ ਨੇ ਉਸ ਟਾਈਮ ਇਹ ਖੇਤੀ ਮਿਲਟ ਦੀ ਹੁੰਦੀ ਸੀ ਕੋਦਰੇ ਦੀ ਕੰਗਣੀ ਦੀ ਸਵਾਂਗ ਦੀ ਕੁਟਕੀ ਦੀ ਜਦੋਂ ਬਾਅਦ 'ਚ ਕਣਕ ਚਾਵਲ ਆਇਆ ਸਾਡੀਆਂ ਏਜ ਘਟਣ ਦਾ ਕਾਰਨ ਵੀ ਇਹੀ ਆ ਬਹੁਤ ਲੋਕ ਹੁਣ ਸਿਆਣੇ ਹੋ ਚੁੱਕੇ ਨੇ ਜਿਹੜੇ ਲੋਕ ਇਹਨੂੰ ਯੂਜ਼ ਕਰਦੇ ਨੇ ਲੋਕਾਂ ਨੇ ਬੰਦਿਆਂ ਨੂੰ ਬੰਦੇ ਮਿਲਦੇ ਨੇ ਮਾਰਕੀਟ ਦੇ ਵਿੱਚ ਜਿਨ੍ਹਾਂ 6-6 ਮਹੀਨੇ ਦੀ ਰੋਟੀ ਨਹੀਂ ਖਾ ਕੇ ਦੇਖੀ ਉਹ ਮਿਲਟਸ ਹੀ ਖਾਂਦੇ ਨੇ ਔਰ ਲੋਕਾਂ ਨੂੰ ਸ਼ੂਗਰ ਮੈਂ ਨਾ ਕਮਾਲ ਦੇ ਰਿਜ਼ਲਟ ਨੇ ਜੀ ਜਿਹੜੇ ਲੋਕ ਮੰਦਬੁੱਧੀ ਬੱਚੇ ਹੁੰਦੇ ਨੇ ਨਾ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਟੀਵੀ ਥਰੂ ਇਹਨਾਂ ਨੂੰ ਯੂਜ਼ ਕਰਾਉਣਾ 6 ਮਹੀਨੇ ਜੋ ਯਾਨੀ ਕਿ ਉਹਦਾ ਮੈਂਟਲ ਲੈਵਲ ਸਟਰੋਂਗ ਹੋਣਾ ਸ਼ੁਰੂ ਹੋ ਜਾਂਦਾ ਸਾਨੂੰ ਬੀਪੀ ਹੈ ਸ਼ੂਗਰ ਹੈ ਥਾਇਰਾਇਡ ਹੈ ਕਿਸੇ ਨੂੰ ਬਹੁਤ ਕਮਾਲ ਦੇ ਰਿਜ਼ਲਟ ਨੇ ਮੈਨੂੰ ਲੱਗਦਾ ਕਣਕ ਦੇ ਆਟੇ ਨਾਲ ਵੀ ਇਹਨੂੰ ਮਿਕਸ ਕਰ ਲਿਆ ਜਾਵੇ ਤੇ ਇਹਦੇ ਵਧੀਆ ਰਿਜ਼ਲਟ ਆ ਮਕਸਦ ਕੀ ਆ ਕਿ ਇਹਨੂੰ ਅੰਦਰ ਡਾਈਜੈਸਟ ਕਰਾਉਣਾ ਇਹਦਾ ਅੰਦਰ ਖਾਣਾ ਫਾਈਬਰ ਇਹ 'ਚ ਫਾਈਬਰ ਬਹੁਤ ਜ਼ਿਆਦਾ ਮੈਂ ਸਿੰਪਲ ਜੀ ਗੱਲ ਕਰਾਂ ਵੀ ਤਾਂ ਖਾਣਾ ਖਾਂਦੇ ਆ ਨਾ ਆਪਾਂ ਜਿਹੜੀ ਸਾਡੀ ਮਸ਼ੀਨਰੀ ਅੰਦਰ ਕੰਮ ਕਰਦੀ ਆ ਬੋਡੀ ਦੇ ਵਿੱਚ ਇਹਦੀ ਕਮਾਲ ਦੀ ਗੱਲ ਇਹ 'ਚ ਫਾਈਬਰ ਇੰਨਾ ਜ਼ਿਆਦਾ ਹੈਗਾ ਸਾਡੀ ਮਸ਼ੀਨਰੀ ਰੁਕ ਜਾਂਦੀ ਸਟਾਪ ਹੋ ਜਾਂਦੀ ਆ ਇਹ ਆਪੇ ਡਾਈਜੈਸਟ ਹੋ ਜਾਂਦਾ ਤੇ ਬੰਦਾ ਨਾ ਰਿਲੀਫ ਹੋਣ ਲੱਗ ਜਾਂਦਾ એનર્ਜੀ ਬਣੀ ਰਹਿੰਦੀ ਬਹੁਤ ਕਮਾਲ ਦੀ ਚੀਜ਼ ਹੈ ਜੀ ਇਹਦਾ ਮਤਲਬ ਇਹਦੇ ਲਈ ਸ਼ਬਦ ਨਹੀਂ ਵਰਤੇ ਜਾ ਸਕਦੇ ਬਾਬੇ ਨਾਨਕ ਦੀ ਖੇਤੀ ਹੈ ਇਹ ਤੁਹਾਨੂੰ ਤੁਸੀਂ ਇੰਨਾ ਇਨੋਵੇਟਿਵ ਕੰਮ ਕਰ ਰਹੇ ਹੋ ਮਿਹਨਤ ਲਾ ਰਹੇ ਹੋ ਟਾਈਮ ਲਾ ਰਹੇ ਹੋ ਪੈਸਾ ਲਾ ਰਹੇ ਹੋ ਤੁਰ ਕੇ ਇੱਥੇ ਆਏ ਹੋ ਕਿਤੇ ਸਰਕਾਰ ਨਾਲ ਵੀ ਇਹੋ ਜਿਹੀਆਂ ਗੱਲਾਂ ਹੋਈਆਂ ਕਿਉਂਕਿ ਅੱਜ ਦੀ ਲੋੜ ਹੈ ਨਵੀਂ ਖੇਤੀ ਨੀਤੀ ਦੀ ਗੱਲ ਕੀਤੀ ਜਾ ਰਹੀ ਹੈ ਮਾਰਚ ਵਿੱਚ ਦੱਸਿਆ ਜਾ ਰਿਹਾ ਵੀ ਆ ਰਹੀ ਹੈ ਨਵੀਂ ਖੇਤੀ ਨੀਤੀ ਮੇਰੇ ਖਿਆਲ ਖੇਤੀ ਨੀਤੀ ਤੇ ਤੁਸੀਂ ਸਮਝਾਤੀ ਹੋਰ ਨਵੀਂ ਖੇਤੀ ਨੀਤੀ ਕੀ ਹੋ ਸਕਦੀ ਹੈ ਹਾਂ ਤੁਸੀਂ ਇਹ ਗੱਲ ਨੂੰ ਕਹਿ ਸਕਦੇ ਹੋ ਜੀ ਪਰ ਸ਼ਾਇਦ ਡਾਇਰੈਕਟ ਗੱਲ ਕਰੀਏ ਸਾਡੀ ਕੋਈ ਗੱਲ ਨਾ ਸੁਣੇ
ਤੁਸੀਂ ਆਮ ਅਸੀਂ ਆ ਬਿਲਕੁਲ ਅਪਰੋਚ ਕੀਤਾ ਜੀ ਅਸੀਂ ਅਸੀਮ ਸਾਹਿਬ ਨੂੰ ਮਿਲੇ ਹੋਏ ਹਾਂ ਜੀ ਆਪਣੇ ਸਪੀਕਰ ਸਾਹਿਬ ਸੰਧਮਾ ਸਾਹਿਬ ਉਹਨਾਂ ਨੂੰ ਮਿਲੇ ਹੋਏ ਹਾਂ ਅਸੀਂ ਮੀਤ ਹੇਅਰ ਜੀ ਨੂੰ ਮਿਲੇ ਹੋਏ ਬਲਜਿੰਦਰ ਮੈਡਮ ਨੂੰ ਮਿਲੇ ਹੋਏ ਹਾਂ ਅਸੀਂ ਤੁਸੀਂ ਦੱਸੋ ਕਿ ਕਿਸੇ ਕਨਸੈਪਟ ਅਸੀਂ ਹੋਰ ਲੈ ਕੇ ਆ ਰਹੇ ਹਾਂ ਪੰਜਾਬ ਦੇ ਵਿੱਚ ਪਰ ਅਸੀਂ ਸਕਸੈਸ ਨਹੀਂ ਹੋ ਪਾ ਰਹੇ ਸਹਿਯੋਗ ਚਾਹੀਦਾ ਇੱਕ ਨਵਾਂ ਆਈਡੀਆ ਹੈ ਤੁਹਾਨੂੰ ਦੱਸੋ ਧਿਆਨ ਨਾਲ ਜ਼ਰੂਰ ਧਿਆਨ ਦਿਓ ਜੀ ਅਸੀਂ 76 ਸਬਜ਼ੀਆਂ ਉਗਾਉਣ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਅੱਛਾ ਜੀ ਕਿ ਪਰਿਵਾਰ ਨੇ ਸਬਜ਼ੀਆਂ ਕਿਹੜੀ ਖਾਣੀਆਂ ਹੀ ਆ ਤੋੜ ਕੇ ਬਸ ਤੇ ਪਾਣੀ ਲਾਉਣਾ ਬਾਕੀ ਸਾਰੀ ਸਰਵਿਸ ਅਸੀਂ ਦੇਵਾਂਗੇ ਅੱਛਾ ਉਹ ਇੱਕ ਐਸਾ ਸ਼ਾਨਦਾਰ ਆਈਡੀਆ ਹੈ ਅਗਰ ਸਰਕਾਰ ਇਹਦੇ ਸਮਾਂ ਸਾਨੂੰ ਦੇਵੇ ਨਾ ਤੇ ਆਪਾਂ ਇੱਕ ਸਾਲ 10,000 ਜੋਬ ਪੈਦਾ ਕਰ ਦਾਂਗੇ 11,500 TDI ਕੱਟਣ ਤੋਂ ਬਾਅਦ ਸਾਡਾ ਪੂਰਾ ਸਰਵੇ ਕੀਤਾ ਹੋਇਆ ਅੰਕੜੇ ਬਣਾਏ ਹੋਏ ਆ ਪਰ ਸਾਨੂੰ ਕੋਈ ਸਹਿਯੋਗ ਨਹੀਂ ਦੇ ਰਹੀ ਸਰਕਾਰ ਨੀਤੀ ਦੀ ਗੱਲ ਕਰੀਏ ਨੀਤੀ ਤਾਂ ਨੈਚੁਰਲੀ ਗੱਲ ਆ ਜੀ ਜਿਹੜੇ ਕਾਗਜ਼ਾਂ 'ਚ ਲੋਕ ਬੈਠਦੇ ਲਿਖਦੇ ਨੇ ਉਹਨਾਂ ਕੋਲੇ ਗਰਾਊਂਡ ਲੈਵਲ ਦੀਆਂ ਗੱਲਾਂ ਨਹੀਂ ਹੁੰਦੀਆਂ ਅਸੀਂ ਸਟਾਲ ਲਾਈਏ ਇੱਥੇ ਅਸੀਂ ਜਾਂ ਆਪਣੇ ਸਮਾਨ ਵੇਚਣ ਲਈ ਸਟਾਲ ਲਾਉਂਦੇ ਹਾਂ ਇਹ ਪੇੜ ਮਿਲਦੀਆਂ 5,000 ਰੁਪਇਆ ਹੁਣ ਮੈਂ ਫਰੀਕੋਟ ਤੋਂ ਆਇਆ ਜੀ ਸਵਾ 200 ਕਿਲੋਮੀਟਰ ਦੇ ਕਰੀਬ ਪੈ ਗਿਆ ਵੀ ਬਲਾਡੇ ਤੋਂ ਆਏ ਨੇ ਮਾਨਸੇ ਤੋਂ ਆਏ ਨੇ 250 ਕਿਲੋਮੀਟਰ ਇਹਨਾਂ ਨੂੰ ਪੈ ਗਿਆ 5,000 ਇੱਥੇ ਭਰਿਆ ਸੀ ਜੇ ਇਹੀ ਸਾਨੂੰ ਸਰਕਾਰ ਸਪੋਜ ਦੇਵੇ ਜਿੱਥੇ ਸਟਾਲਾਂ ਲੱਗਦੀਆਂ ਸਾਨੂੰ ਫ੍ਰੀ ਮਿਲ ਜਾਏਗਾ ਇੰਨੇ ਬਹੁਤ ਸਾਨੂੰ ਬੈਨਰ ਹੀ ਦੇ ਦੇਣਾ ਸਰਕਾਰ ਆਪਦੇ ਸਾਨੂੰ ਸਪੋਰਟ ਮਿਲ ਜਾਏਗੀ ਸਾਡਾ ਉਹੀ ਪੈਸਾ ਬਚ ਜਾਏਗਾ ਅਸੀਂ ਤੇਲ ਬਾਲ ਕੇ ਵੀ ਆਏ ਹਾਂ ਇੱਥੇ ਪਰ ਨੋ ਡਾਊਟ ਫਰਸਟ੍ਰੇਟ ਜ਼ਰੂਰ ਹੈਗੇ ਹਾਂ ਅਸੀਂ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਅਗਰ ਸਾਨੂੰ ਸਹਿਯੋਗ ਮਿਲੇ ਤਾਂ ਅਸੀਂ ਗਰੋਥ ਕਰ ਲਾਂਗੇ ਜੀ ਮੈਨੂੰ ਲੱਗਦਾ ਤੁਹਾਡੇ ਵਰਗੇ ਨੌਜਵਾਨਾਂ ਦੀ ਇਸ ਵੇਲੇ ਪੰਜਾਬ ਨੂੰ ਬਹੁਤ ਲੋੜ ਹੈ ਅਤੇ ਤੁਹਾਡੇ ਵਰਗੇ ਨੌਜਵਾਨਾਂ ਨਾਲ ਸਰਕਾਰਾਂ ਨੂੰ ਜਿਹੜਾ ਉਹ ਅੱਗੇ ਲੈ ਕੇ ਆਉਣ ਦੀ ਬੜੀ ਜ਼ਰੂਰਤ ਹੈ ਮੈਨੂੰ ਖਿਆਲ ਤੁਸੀਂ ਮਿਲੇ ਹੋ ਪਰ ਤੁਹਾਨੂੰ ਕੋਈ ਹੱਲ ਨਹੀਂ ਲੱਗਾ ਤੁਹਾਨੂੰ ਰਿਸਪੌਂਸ ਨਹੀਂ ਮਿਲਿਆ 2-3 ਮੰਤਰੀਆਂ ਦੇ ਤੁਸੀਂ ਨਾਂ ਲੈ ਲਏ ਆ ਵਿੱਚ ਮੁੱਖ ਮੰਤਰੀ ਦਾ ਸਾਹਿਬ ਦਾ ਵੀ ਲੈ ਲਿਆ ਇੱਥੋਂ ਦੇ ਨੇ ਅੰਮ੍ਰਿਤਸਰ ਦੇ ਨੇ ਧਾਲੀਵਾਲ ਸਾਹਿਬ ਜਿਹੜੇ ਅਜਨਾਲੇ ਨਾਲ ਸੰਬੰਧ ਰੱਖਦੇ ਨੇ ਅਤੇ ਖੇਤੀਬਾੜੀ ਮੰਤਰੀ ਵੀ ਨੇ ਕੀ ਆਪਣਾ ਸੁਝਾਅ ਕੀ ਦੇਣਾ ਚਾਹੋਗੇ ਉਹਨਾਂ ਨੂੰ ਦੇਖੋ ਜੀ ਅਸੀਂ ਜਦੋਂ ਕਿਸੇ ਜਾਂ ਤੁਸੀਂ ਸਾਨੂੰ ਮਿਲੇ ਹੋ ਅੱਜ ਆਪ ਮੀਡੀਆ ਵਾਲੇ ਲੋਕ ਮਿਲੇ ਹੋ ਸਾਨੂੰ ਕੋਈ ਸੀਨੀਅਰ ਪਰਸਨ ਮੰਤਰੀ ਮਿਲਦਾ ਸਾਨੂੰ ਕੋਈ ਸ਼ਾਬਾਸ਼ ਦਿੰਦੇ ਨੇ ਮੁੰਡੇ ਬਹੁਤ ਸੋਹਣਾ ਕੰਮ ਕਰਦੇ ਨੇ ਇਹ ਢਿੱਡ ਨਹੀਂ ਭਰਦਾ ਜੀ ਇਹ ਬੜਾ ਵੱਡਾ ਸੱਚ ਆ ਆਉਂਦੇ ਹੁੰਦੇ ਮੈਡਮ ਜਦੋਂ ਫੌਜੀ ਕੋਈ ਮੌਤ ਹੋ ਜਾਵੇ ਫੌਜੀ ਸ਼ਹੀਦ ਹੋ ਜਾਵੇ ਅਤੇ ਉਹਦੀ ਪਤਨੀ ਦਾ ਮੈਡਲ ਗੁਜ਼ਾਰਾ ਨਹੀਂ ਹੁੰਦਾ ਸਾਡੇ ਕੋਲ ਗੱਲਾਂ ਨੇ ਸਾਡੇ ਕੋਲ ਟੈਲੈਂਟ ਹੈਗਾ ਅਸੀਂ ਉਹਦੀ ਵੈਲਿਊ ਨਹੀਂ ਪੈ ਰਹੀ ਸਾਨੂੰ ਫਿਰ ਉਹਦਾ ਫਾਇਦਾ ਕੀ ਆ ਸਾਨੂੰ ਅਸੀਂ ਕੱਲੀ ਸ਼ਾਬਾਸ਼ ਦੇ ਦਿੰਦੇ ਨੇ 2 ਮਹੀਨੇ ਘੱਟ ਤੋਂ ਘੱਟ ਜੇ ਕੋਈ ਸ਼ਾਬਾਸ਼ ਦੇ ਦੇ ਅਸੀਂ ਅੱਧਾ ਘੰਟਾ ਮੋਟੀਵੇਟ ਰਹਿੰਦੇ ਹਾਂ ਵੀ ਹਾਂ ਸ਼ਾਬਾਸ਼ ਦੇ ਕੇ ਬਸ ਫਿਰ ਜਿਹੜੀ ਮੈਂਟਲ ਲੈਵਲ ਆ ਫਿਰ ਡਾਊਨ ਹੋ ਜਾਂਦਾ ਮੇਨ ਚੀਜ਼ ਆ ਸਾਨੂੰ ਆਰਥਿਕ ਪੱਖ 'ਤੇ ਸਰਕਾਰਾਂ ਪ੍ਰਮੋਟ ਕਰਨ ਸਾਨੂੰ ਆਈਡੀਆ ਸਾਡੇ ਸੁਣਨ ਸਾਨੂੰ ਸਪੋਰਟ ਕਰਨ ਆਪਾਂ ਇੱਥੇ ਕ੍ਰਾਂਤੀ ਕਰ ਸਕਦੇ ਹਾਂ ਜੀ ਪਰ ਗੱਲ ਤਾਂ ਉਹੀ ਹੈ ਕਿ ਆਮ ਲੋਕਾਂ ਦੀ ਗੱਲ ਨਹੀਂ ਸੁਣ ਕੇ ਕੋਈ ਰਾਜੀ ਅੱਜ ਜਿਹੜਾ ਬੱਚਾ ਹਰ ਸਾਲ ਦਾ 4 ਲੱਖ ਬੱਚਾ ਜਿਹੜਾ ਬਾਹਰ ਜਾ ਰਿਹਾ ਹੈ ਨਾ ਇੱਕ ਦੀ ਐਵਰੇਜ 20 ਲੱਖ ਹੈ ਬੱਚੇ ਦੀ ਅਤੇ ਆਪਾਂ ਲਾ ਲਈਏ ਕਿੰਨਾ ਕੁ ਅਰਬਾਂ ਰੁਪਏ 'ਚ ਪਹੁੰਚ ਜਾਂਦਾ ਪੈਸਾ ਅਤੇ ਅੱਜ ਜੇ ਉਹਨਾਂ ਨੂੰ ਕਹਿੰਦਾ ਰੋਕਣਾ ਤਾਂ ਕਿੱਦਾਂ ਰੋਕਣਾ ਇਹੋ ਜੀ ਜੇ ਤੁਹਾਡੇ ਵਰਗੇ ਨੌਜਵਾਨਾਂ ਨੂੰ ਜੇ ਸਾਥ ਨਹੀਂ ਮਿਲ ਰਿਹਾ ਤਾਂ ਫਿਰ ਕਿੱਦਾਂ ਰੋਕ ਸਕਦੇ ਆਪਾਂ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਸੀਗੇ ਵੀ ਇੱਕ ਦਿਨ ਸਮਾਂ ਇਦਾਂ ਦਾ ਆਊਗਾ ਹੁਣ ਤਾਂ ਪਲੱਸ 2 ਤੋਂ ਬਾਅਦ ਬੱਚੇ ਬਾਹਰ ਜਾ ਰਹੇ ਨੇ ਅਸੀਂ ਗੱਲ ਕਰਦੇ ਅਸੀਂ ਸੈਮੀਨਾਰ ਕੰਪੇਨ ਕਰਦੇ ਹਾਂ ਬਈ ਬੱਚੇ ਨੂੰ ਹੁਣ ਨਰਸਰੀ ਸ਼ੁਰੂ ਹੋ ਜਾਣਾ ਕੰਮ ਕੈਨੇਡਾ ਦੇ ਵਿੱਚ ਲਾਸਟ ਕੱਲ੍ਹ ਪਰਸੋਂ ਬਿਆਨ ਆ ਗਿਆ ਕੈਨੇਡਾ ਸਰਕਾਰ ਦਾ ਜਿਹਦਾ ਬੱਚਾ 4th ਕਲਾਸ ਤੋਂ ਲੈ ਕੇ +1 ਤੱਕ ਹੈਗਾ ਉਹ ਵਿਦ ਫੈਮਿਲੀ ਇੱਥੇ ਆ ਜੇ ਸ਼ੁਰੂ ਹੋ ਚੁੱਕਾ ਜੀ ਹੁਣ ਪਹਿਲਾਂ ਕਾਲਜ ਖਾਲੀ ਹੋਈ ਤਾਂ ਸਕੂਲ ਖਾਲੀ ਹੋਣਗੇ ਪੰਜਾਬ ਵੀ ਫਿਰ ਖਾਲੀ ਹੋ ਗਿਆ ਰਹਿ ਕੀ ਗਿਆ ਭਾਜੀ ਪੰਜਾਬ ਸ਼ਿਫਟ ਹੋ ਰਿਹਾ ਜੀ ਇਹਦੇ ਵਿੱਚ ਬਹੁਤ ਵੱਡੀਆਂ ਨੀਤੀਆਂ ਨੇ ਬਹੁਤ ਵੱਡੇ ਜੇਕਰ ਮੈਂ ਉਸ ਵਿੱਚ ਗੱਲ ਕਰਾਂ ਸ਼ਾਇਦ ਕਿਸੇ ਨੂੰ ਹਜਮ ਨਾ ਹੋਵੇ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਸਾਡੇ ਨਾਲ ਹੋ ਰਹੀਆਂ ਨੇ ਪਰ ਇਹ ਸਮਝ ਨਹੀਂ ਪਾ ਰਹੇ ਜੇ ਤਾਂ ਕਿ ਬੰਦਾ ਸਹੀ ਗੱਲ ਕਰਦਾ ਉਹਨੂੰ ਕਹਿੰਦੇ ਨੇ ਏਜੰਸੀਆਂ ਦਾ ਬੰਦਾ ਜਿਹੜੀਆਂ ਏਜੰਸੀਆਂ ਕਰੀ ਜਾ ਰਹੀਆਂ ਉਹਨੂੰ ਪੁੱਛਦਾ ਕੋਈ ਨਹੀਂ ਗਾ ਜਿਹੜੇ ਪਿੱਛੇ ਉਹ ਐਡਾ ਕਾਂਡ ਹੋ ਰਿਹਾ ਹੈ ਪੰਜਾਬ ਦਾ ਪੰਜਾਬ ਦੀ ਸਾਰੀ ਜਵਾਨੀ ਹੁਣ ਜਿਹੜਾ ਅੱਗੇ ਬੱਚਾ ਜਿਹੜਾ ਹਲੇ ਛੋਟੇ ਹੁੰਦੇ ਨੇ ਜਵਾਨੀ ਤੋਂ ਪਹਿਲੇ ਹੀ ਜਿਹੜਾ ਹੈਗਾ ਉਹਨਾਂ ਨੇ ਆਪਣੇ ਜਿਹੜਾ ਦੇਸ਼ 'ਚ ਬੁਲਾ ਲਿਆ ਤੇ ਪੰਜਾਬ ਪੱਲੇ ਕੀ ਰਹਿ ਗਿਆ ਭਾਜੀ ਦੇਖੋ ਇੱਕ ਕਿੱਡੀ ਸ਼ਰਮਨਾਕ ਗੱਲ ਆ ਸਾਡੇ ਪੰਜਾਬ 'ਚ ਕਿਤੇ ਇੱਕ ਨਾ 1 ਲੱਖ ਬੱਚੇ ਮਗਰ ਇੱਕ ਬੱਚਾ ਪੈਦਾ ਹੁੰਦਾ ਸੀ ਲੂਲਾ ਲੰਗੜਾ ਗੱਲਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅੱਜ ਇਹ ਰੇਸ਼ੋ 50-100 ਮਗਰ ਇੱਕ ਆ ਚੁੱਕੀ ਆ ਔਰ ਮੈਂ ਤੁਹਾਨੂੰ ਪਿੰਡਾਂ ਦੇ ਨਾਮ ਦੱਸ ਸਕਦਾ ਬੱਚੇ ਪੈਦਾ ਹੋਏ ਜਿਨ੍ਹਾਂ ਦੇ ਬਾਥਰੂਮ ਰਸਤਾ ਸਾਈਡ 'ਤੇ ਆ ਗੋਡਿਆਂ 'ਤੇ ਆ ਬਾਥਰੂਮ ਰਸਤਾ ਹੀ ਨਹੀਂ ਹੈਗਾ ਔਰ 100 ਮਗਰ ਇੱਕ ਦੀ ਰੇਸ਼ੋ ਹੋ ਚੁੱਕੀ ਪੰਜਾਬ ਦੇ ਵਿੱਚ ਸਾਰਾ ਇੰਨੀ ਜਹਿਰਾਂ ਪਾ ਕੇ ਅਸੀਂ ਵਕਤ ਖਰਾਬ ਕਰ ਲਿਆ ਆਪਦਾ ਪਰ ਸਾਨੂੰ ਗਾਈਡੈਂਸ ਕਿਹਨੇ ਕਰਨਾ ਸਾਨੂੰ ਰੋਕਣਾ ਕਿਹਨੇ ਸਰਕਾਰਾਂ ਨੇ ਪਾਲਿਸੀ ਨਹੀਂ ਬਣਾ ਰਹੀਆਂ ਨੇ ਤੇ ਜੇ ਅਸੀਂ ਖੇਤੀਬਾੜੀ ਚਲੋ ਕੰਪੇਨ ਕਰਦੇ ਰਹਿੰਦੇ ਹਾਂ ਲੋਕ ਫੁੱਲ 18 ਗੱਟੇ ਯੂਰੀਆ ਪਾਉਂਦੇ ਨੇ 18 ਗੱਟੇ ਯੂਰੀਆ ਫੁੱਲ ਗੋਭੀ 'ਚ ਭਾਜੀ ਕਿੱਥੇ ਕਰ ਲਓਗੇ ਤੁਸੀਂ ਫਿਰ ਭੱਜਣ ਨੂੰ ਜੀ ਕਰੂ ਤਾਂ ਹੋਰ ਕਰਨਾ ਕੀ ਆ ਫਿਰ ਤਾਂ ਜ਼ਹਿਰ ਹੀ ਖਾ ਰਹੇ ਨਾ ਆਪਾਂ ਪੀ ਵੀ ਦੁੱਧ 'ਚ ਵੀ ਜ਼ਹਿਰ ਪੀ ਰਹੇ ਹਾਂ ਤੇ ਸਬਜ਼ੀ 'ਚ ਵੀ ਜ਼ਹਿਰ ਅਸੀਂ ਭੋਜਨ ਨਹੀਂ ਖਾ ਰਹੇ ਭੋਜਨ ਸਾਨੂੰ ਖਾ ਰਿਹਾ ਬਸ ਸੰਖੇਪ ਸ਼ਬਦ 'ਚ ਇਹੀ ਗੱਲ ਹੈ ਜੀ ਬਾਕੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੁਝਾਅ ਨਵੀਂ ਨੀਤੀ ਨੂੰ ਕੀ ਸੁਝਾਅ ਵਿੱਚ ਕੀ ਦੇਣਾ ਚਾਹੋਗੇ ਭਾਜੀ ਮੰਨਣਾ ਤਾਂ ਉਹਨਾਂ ਨੇ ਹੈ ਨਹੀਂਗਾ ਫਿਰ ਵੀ ਚਲੋ ਇਹੀ ਹੈ ਚਲੋ ਜੇ ਆਪਾਂ ਜਿਹੜੇ ਅੱਜ ਨਸ਼ਿਆਂ ਦੀ ਗੱਲ ਕਰਦੇ ਹਾਂ ਹਨਾ ਖਾਸ ਖਾਸ ਦੀ ਖੇਤੀ ਦੀ ਗੱਲ ਹੋ ਰਹੀ ਆ ਠੀਕ ਹੈ ਹਰ ਕਿਤੇ ਵੱਖਰੇ ਵੱਖਰੇ ਕੋਈ ਕਹਿੰਦਾ ਨਹੀਂ ਹੋਣੀ ਚਾਹੀਦੀ ਕਹਿੰਦਾ ਹੋਣੀ ਚਾਹੀਦੀ ਆ ਅਗਰ ਜਨਰੇਸ਼ਨ ਨੂੰ ਦੇਖ ਕੇ ਗੱਲ ਕਰੀਏ ਜਨਰੇਸ਼ਨ ਡਿਮਾਂਡ ਕਰਦੀ ਹੈ ਇਸ ਚੀਜ਼ ਦੀ ਜਿਹੜੇ ਹੈਬਿਟ ਜਿਹਨਾਂ ਦੀ ਬਣ ਚੁੱਕੀ ਹੈ ਨਸ਼ਿਆਂ ਨੂੰ ਲੈ ਕੇ ਉਹ ਕਹਿੰਦਾ ਚਲੋ ਹੋ ਜੇ ਤਾਂ ਥੋੜ੍ਹੀ ਰਿਲੀਫ ਮਿਲ ਜਾਏ ਲੋਕ ਕੰਮ
ਸਧਾਰਨ ਦੀ ਕੈਮਿਸਟਰੀ ਜ਼ੀਰੋ ਆ ਜ਼ੀਰੋ ਬਿਲਕੁਲ ਸੋ ਇਹ ਸਨ ਬਾਈ ਗੁਰਵਿੰਦਰ ਜਿਨ੍ਹਾਂ ਨੇ ਕਿ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਨੇ ਔਰ ਉਹਨਾਂ ਨੇ ਦੇਖਿਆ ਕਿ ਤੁਸੀਂ ਕਿ ਕਿੱਡਾ ਵਧੀਆ ਇੱਕ ਸਟਾਲ ਲਗਾਇਆ ਹੈ ਕਿ ਜਿਹੜੇ ਪੰਜਾਬ ਦੇ ਜਿਹੜੀਆਂ ਅਸੀਂ ਬਿਮਾਰ ਹੋ ਚੁੱਕੇ ਹਾਂ ਅੱਜ ਜਿਨ੍ਹਾਂ ਚੀਜ਼ਾਂ ਨੂੰ ਛੱਡਣ ਤੋਂ ਬਾਅਦ ਅੱਜ ਉਹੀ ਚੀਜ਼ਾਂ ਦੇ ਸਟਾਲ ਲੱਗੇ ਨੇ ਕੋਧਰੇ ਦੇ ਸਟਾਲ ਜਿਹੜੇ ਕਿ ਗੁਰੂ ਨਾਨਕ ਸਾਹਿਬ ਦੇ ਭਾਈ ਜਦੋਂ ਲਾਲੋ ਜੀ ਦੇ ਘਰ ਗਏ ਨੇ ਤੇ ਕੋਧਰੇ ਦੀ ਰੋਟੀ ਜਿਹੜੀ ਹੈ ਇਤਿਹਾਸ 'ਚ ਲਿਖਿਆ ਵੀ ਉਹਨਾਂ ਨੂੰ ਖਵਾਈ ਗਈ ਤੇ ਅੱਜ ਅਸੀਂ ਅਨਾਜ ਤੇ ਉਹਦੇ ਕਣਕ ਤੇ ਚੌਲ ਦੇ ਵਿੱਚ ਜਾਂ ਝੋਨੇ ਦੇ ਵਿੱਚ ਫਸ ਕੇ ਰਹਿ ਗਏ ਹਾਂ ਤੇ ਬਿਮਾਰੀ ਦੇ ਜਿਹੜੇ ਖੂਹ 'ਚ ਡਿੱਗਦੇ ਜਾ ਰਹੇ ਹਾਂ ਦੂਸਰਾ ਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਤਿਆਰ ਹਾਂ ਕੰਮ ਕਰਨ ਨੂੰ ਮਿਹਨਤ ਕਰਨ ਨੂੰ ਪਰ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਸਾਡੀ ਬਾਹ ਨਹੀਂ ਫੜਦੀਆਂ ਔਰ ਕਿਸ ਤਰ੍ਹਾਂ ਨਗਾਰ ਵਿੱਚ ਪੰਜਾਬ ਜਾ ਰਿਹਾ ਹੈ ਚਾਹੇ ਵਾਟਰ ਲੈਵਲ ਦੀ ਗੱਲ ਕਰੀਏ ਚਾਹੇ ਖੇਤੀ ਦੇ ਵਿੱਚ ਪੈ ਰਹੇ ਜ਼ਹਿਰ ਦੀ ਗੱਲ ਕਰੀਏ ਚਾਹੇ ਆਪਣੀ ਬਿਮਾਰੀ ਦੀ ਗੱਲ ਕਰੀਏ ਕਿਸ ਤਰ੍ਹਾਂ 100 ਦੇ ਬੱਚਾ ਇੱਕ ਜਿਹੜਾ ਕਿ 1000 ਦੇ ਪਿੱਛੇ ਇੱਕ ਬਿਮਾਰ ਹੁੰਦਾ ਸੀ ਅੱਜ 100 ਦੇ ਪਿੱਛੇ ਉਹ ਬਿਮਾਰੀ ਜਿਹੜੀ ਹੈ ਫੈਲਣੀ ਸ਼ੁਰੂ ਹੋ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਹਾਲਾਤ ਹੋਣਗੇ ਪੰਜਾਬ ਦੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਸੋ ਸਰਕਾਰਾਂ ਨੂੰ ਜਿਹੜੀਆਂ ਕਿ ਪੰਜਾਬ ਹਿੱਤ ਦੀਆਂ ਗੱਲ ਕਰਦੀਆਂ ਨੇ ਉਹਨਾਂ ਨੂੰ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਨਵੀਂ ਖੇਤੀ ਨੀਤੀ ਦੇ ਵਿੱਚ ਅਜਿਹੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਬਣਾਉਣ ਦੀ ਤਾਂ ਕਿ ਅਜਿਹੇ ਨੌਜਵਾਨਾਂ ਨੂੰ ਹੱਲਾਸ਼ੇਰੀ ਮਿਲੇ ਉਹਨਾਂ ਨੂੰ ਰੋਟੀ ਵੀ ਮਿਲੇ ਤੇ ਉਹ ਪੰਜਾਬ ਨੂੰ ਕੋਈ ਸੇਧ ਵੀ ਦੇ ਸਕਣ ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।